मुस्तफा जाने रहमत सलाम शमाए बज़्मे हिदायत बेला सलाम शमाए बज़्मे हिदायत बेला जिनकी हर हर ये बात रही वही है खुदा जिनकी हर हर रहे वही है खुदा उसकी नाप से हकूमत पेला को सलाम मुस्तफा जाने रहमत पेला जी सोहानी घड़ी चमकाते बाघा चांद जी सोहानी घड़ी चमकाते बाघा चांद उस दिन अफरोज़े सायत बेला सलाम शमाए बज़्मे हिदायत बेला या इलाही सदिकाए ज़ुल्फ़े रसूल या इलाही सदिकाए आले रसूल और ये सलामे आज जाना हो कबूल। आमीन आमीन अल्हम्दुलिल्लाह रब्बिल आलमीन। آمین آمین الحمدللہ رب العالمین ولاکبت المتقین الصلاۃ والسلام علی سید الانبیاء والمرسلین ربنا آتنا فی الدنیا حسنۃ وفی الآخرۃ حسنۃ وقنا عذاب النار وقنا عذاب القبر وقنا عذاب الحشر وقنا عذاب الموت وقنا عذاب المیزان۔ مولا کریم محفل دے شروع تو لے تے آخر تک جو کچھ بھی پڑھا ہے تمام ثواب تیری بارگاہ وچ پیش کرنے قبول و منظور فرما۔ تمام ثواب تیرے حبیب دی بارگاہ وچ پیش کرنے قبول و منظور فرما۔ مولا کریم تمام ثواب تیرے حبیب دے وسیلہ جلیلاں دے نال تمام انبیاء علیہ السلام قبول منظور فرما۔ مولا کریم تمام نبیان رسولان دے وسیلے جلیل دے دینا حضرت آدم علیہ السلام تو لے تے آج توڑی جڑے مومنین مومنات غوث کو تب افضال اس دنیا فانس مصد قبر کر کے سب کے روحوں کو پیش کرتے ہیں قبول منظور فرما۔ مولا کریم خصوصاً بالخصوص خصوصاً بالخصوص جنہ دوستہ اہتمام کیتا ہے انہ دے عزیز و اقارب دنیا فانی تو رخصت کر گئے مولا کریم انہ دے روحوں کو پیش کرنے قبول و منظور فرما۔ قبرانو تحت دے نگاہ وسیع فرما قبران جنتی بسترے بچھونے عطا فرما قبرانو جنت دے باغاں وچ باغ بنا برزخی زندگی آسان فرما بت قاضی بشریت جو غلطی اثر زدو یا گناہ سر زدو معاف فرما۔ تو ستار العیوب ہے اباں تے پردہ ڈال دے تو غفار ذنوب گناہ من معاف فرما تو رحم الراحمین ہے مولا کریم انہاں دی حالت رحم فرما۔ مولا کریم سانو آخرت دی تیاری کرن دی توفیق عطا فرما سانو آخرت دی تیاری کرن دی توفیق عطا فرما۔ مولا کریم جتنے بھی حضور دے غلام جتھوں جتھوں بھی چل کے آئے نے قدم قدم تے کروٹ کروٹ تے رحمتہ تے برکتاں دا نزول فرما۔ مولا کریم تو بڑا کریم ہے تو بڑا مہربان ہے تیری بارگاہ چوں نہیں منگنا تے مڑ منگنا کیندی بارگاہ چوں ہے۔ مولا کریم جتنے بھی حضور دے غلام آئے بیٹھے نے کوئی خالی نہ جائے
ਕਦਮ ਕਦਮ ਤੇ ਕਰਵੜ ਕਰਵੜ ਤੇ ਰਹਿਮਤਾਂ ਤੇ ਬਰਕਤਾਂ ਦਾ ਨਜ਼ੂਲ ਫਰਮਾ। ਮੌਲੇ ਕਰੀਮ ਬਿਮਾਰਾਂ ਨੂੰ ਸ਼ਿਫਾ ਅਤਾ ਫਰਮਾ, ਖਸੂਸਨ ਬਿਲ ਖਸੂਸ ਕਿਬਲਾ ਦੁਆ ਵਾਸਤੇ ਕਿਹਾ ਹੈ ਮਾਈ ਸਾਹਿਬਾ ਬਿਮਾਰ ਨੇ ਮੌਲੇ ਕਰੀਮ ਚੌਧਰੀ ਸਲੀਮ ਸਾਦਿਕ ਸਾਹਿਬ ਉਹਨਾਂ ਦੀ ਵਾਲਦਾ ਮੁਹਤਰਮਾ ਬਿਮਾਰ ਨੇ ਮੌਲੇ ਕਰੀਮ ਸਿਹਤ ਕੁੱਲੀ ਅਤਾ ਫਰਮਾ, ਬਿਮਾਰਾਂ ਨੂੰ ਸ਼ਿਫਾ ਅਤਾ ਫਰਮਾ, ਕਰਜ਼ਦਾਰਾਂ ਨੂੰ ਕਰਜ਼ੇ ਤੋਂ ਖਲਾਸੀ ਅਤਾ ਫਰਮਾ, ਤੰਗ ਦਸਤਾਂ ਦੀ ਤੰਗ ਦਸਤੀ ਦੂਰ ਫਰਮਾ, ਪਰੇਸ਼ਾਨਾਂ ਦੀ ਪਰੇਸ਼ਾਨੀ ਦੂਰ ਫਰਮਾ। ਮੌਲਾ ਕਰੀਮ ਜਿਨ੍ਹਾਂ ਕੋਲ ਔਲਾਦ ਨਹੀਂ ਨਰੀਨਾ ਔਰ ਸਾਲੇ ਔਲਾਦ ਅਤਾ ਫਰਮਾ, ਔਰ ਜਿਨ੍ਹਾਂ ਕੋਲ ਔਲਾਦ ਹੈ ਨੇਕ ਨਹੀਂ ਹਜ਼ੂਰ ਦੀ ਮਹਿਫਲ ਦਾ ਸਦਕਾ ਔਲਾਦ ਨੂੰ ਨੇਕ ਬਣਾ। ਮੌਲਾ ਕਰੀਮ ਆਪਣੇ ਹਬੀਬ ਦੀ ਜ਼ੁਲਫਾਂ ਦਾ ਸਦਕਾ ਔਲਾਦ ਨੂੰ ਨੇਕ ਬਣਾ। ਮੌਲਾ ਕਰੀਮ ਬਿਮਾਰਾਂ ਨੂੰ ਸ਼ਿਫਾ ਅਤਾ ਫਰਮਾ, ਬਿਮਾਰ ਜ਼ੈਨੁੱਲ ਆਬਦੀਨ ਦੀ ਬਿਮਾਰੀ ਦਾ ਸਦਕਾ, ਜਵਾਨ ਅਲੀ ਅਕਬਰ ਦੀ ਜਵਾਨੀ ਦਾ ਸਦਕਾ, ਮਾਸੂਮ ਅਲੀ ਅਸਗਰ ਦੀ ਮਾਸੂਮੀਅਤ ਦਾ ਸਦਕਾ, ਬੀਬੀ ਜ਼ੈਨਬ ਦੇ ਦੁਪੱਟੇ ਦੇ ਹਯਾਤ ਦਾ ਸਦਕਾ। ਮੌਲਾ ਕਰੀਮ ਜਿੰਨੇ ਲੋਕ ਬੈਠੇ ਨੇ ਦਿਲਾਂ ਵਿੱਚ ਜਾਇਜ਼ ਦਿਲੀ ਖੁਆਇਸ਼ਾਤ ਲੈ ਕੇ ਬੈਠੇ ਹੋਣਗੇ, ਮੌਲਾ ਕਰੀਮ ਸਭ ਦੀ ਪੂਰੀਆਂ ਫਰਮਾ। ਮੌਲਾ ਕਰੀਮ ਮੁਲਕ ਪਾਕਿਸਤਾਨ ਦੀ ਹਿਫਾਜ਼ਤ ਫਰਮਾ, ਇਸਲਾਮ ਦਾ ਬੋਲ ਬਾਲਾ ਫਰਮਾ, ਕੁਫਰ ਦਾ ਮੂੰਹ ਕਾਲਾ ਫਰਮਾ। ਪਾਕਿਸਤਾਨ ਕੇ ਖਿਲਾਫ ਜੋ ਅੰਦਰੂਨੀ ਬੈਰੂਨੀ ਸਾਜ਼ਿਸ਼ ਹੋ ਰਹੀ ਸਭ ਨੇ ਕੰਮ ਫਰਮਾ। ਪਾਕਿਸਤਾਨ ਕੋ ਇਸਲਾਮ ਕਾ ਕਿਲਾ ਬਣਾ, ਪਾਕਿਸਤਾਨ ਮੇਂ ਕੋ ਨੇਕ ਹੁਕਮਰਾਨ ਅਤਾ ਫਰਮਾ। ਮੌਲਾ ਕਰੀਮ ਆਪਣੇ ਹਬੀਬ ਕੀ ਜ਼ੁਲਫੋਂ ਕਾ ਵਾਸਤਾ, ਜਿਤਨੇ ਲੋਕ ਬੈਠੇ ਹੈ ਆਸੇ ਉਮੀਦੇ ਲੈ ਕੇ ਤੇਰੀ ਬਾਰਗਾਹ ਮੇਂ ਬੈਠੇ ਹੈ, ਮੌਲਾ ਕਰੀਮ ਸਭ ਸੇ ਪੂਰੇ ਫਰਮਾ। ਯਾ ਇਲਾਹੀ ਹਰ ਜਗ੍ਹਾ ਤੇਰੀ ਅਤਾ ਕਾ ਸਾਥ ਹੋ, ਜਬ ਪੜੇ ਮੁਸ਼ਕਿਲ ਸ਼ਹੇ ਮੁਸ਼ਕਿਲ ਖੁਸ਼ਾ ਕਾ ਸਾਥ ਹੋ। ਯਾ ਇਲਾਹੀ ਭੁੱਲ ਜਾਏ ਨਜ਼ਾ ਕੀ ਤਕਲੀਫ ਕੋ, ਸ਼ਾਦੀ ਦੀਦਾਰ ਹੁਸਨ ਮੁਸਤਫਾ ਕਾ ਸਾਥ ਹੋ। ਯਾ ਇਲਾਹੀ ਗਰਮੀ ਮਹਸ਼ਰ ਸੇ ਜਬ ਭੜਕੇ ਬਦਨ, ਦਾਮਨ ਮਹਬੂਬ ਕੀ ਠੰਡੀ ਹਵਾ ਕਾ ਸਾਥ ਹੋ। ਯਾ ਇਲਾਹੀ ਜਬ ਸਰੇ ਸ਼ਮਸ਼ੀਰ ਪਰ ਚੱਲਣਾ ਪੜੇ, ਰੱਬੇ ਸਲਿਮ ਕਹਿਣੇ ਵਾਲੇ ਗਮਜ਼ੁਦਾ ਕਾ ਸਾਥ ਹੋ। ਔਰ ਨੂਰ ਦੇ ਹਮ ਕੋ ਇਲਾਹੀ ਦੀਨ ਦੁਨੀਆ ਮੇਂ ਤਮਾਮ, ਫੈਜ਼ ਦੇ ਹਮ ਕੋ ਇਲਾਹੀ ਦੀਨ ਦੁਨੀਆ ਮੇਂ ਤਮਾਮ, ਸ਼ੇਖ ਜਲਾਲੁਦੀਨ ਜਲਾਲ ਔਲੀਆ ਕੇ ਵਾਸਤੇ। ਬਰਕਤ ਇਨ ਅੱਲਾਹ ਵ ਮਲਾਇਕਤਹੁ ਯੁਸੱਲੂਨਾ ਅਲਾ ਨਬੀ, ਯਾ ਅਯੁਹਾ ਲਦੀਨਾ ਆਮਨੂ ਸੱਲੂ ਅਲੈਹਿ ਵਸੱਲਿਮੂ ਤਸਲੀਮਾ, ਸੱਲੱਲਾਹੁ ਅਲਾ ਨਬੀ ਉਮੀ ਵਾਲਿਹਿ ਸੱਲੱਲਾਹੁ ਅਲੈਹਿ ਵਸੱਲਮ, ਸਲਾਤੁ ਵਸਲਾਮੁ ਅਲੈਕ ਯਾ ਸੈਯਦੀ ਯਾ ਰਸੂਲੱਲਾਹ। ਅੱਲਾਹੁਮਾ ਸੱਲਿ ਅਲਾ ਮੁਹੰਮਦ, ਅੱਲਾਹੁਮਾ ਸੱਲਿ ਅਲਾ ਮੁਹੰਮਦ, ਅੱਲਾਹੁਮਾ ਸੱਲਿ ਅਲਾ ਮੁਹੰਮਦ ਵਾਲਿਹਿ ਵਇਤਰਤਿਹਿ ਬਿਅਦਦਿ ਕੁਲਿ ਮਾਲੂਮ ਮਿਲਕ, ਵਸੱਲੱਲਾਹੁ ਤਾਲਾ ਅਲਾ ਹਬੀਬਿਹਿ ਖੈਰਿ ਖਲਕਿ ਮੁਹੰਮਦ ਵਾਲਿਹਿ ਵਸਾਬਿਅਤ ਮਾਇਨ ਬਿਰਹਮਤਿਕ।